ਸੰਗਤਾਂ ਦਾ ਕਿੰਨਾ ਕੁ ਸਹਿਯੋਗ ਹੈ, ਇਹ ਤਾਂ ਪੁੱਛਣ ਵਾਲੀ ਗੱਲ ਨਹੀਂ। ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਬਹੁਤ ਵੱਡੀ ਲੀਡ ਨਾਲ ਪੰਜਾਬ ਵਿੱਚ ਜਿੱਤੇ। ਕੀ ਲੱਗਦਾ ਭਾਈ ਅੰਮ੍ਰਿਤਪਾਲ ਜੀ ਹੁਣ ਜਿੱਤ ਕੇ ਨੇ, ਜਿੱਤਣ ਤੋਂ ਬਾਅਦ ਉਹ ਬਾਹਰ ਆਉਣਗੇ, ਕਰੋਨੀ ਮਹਾਰਾਜ ਦਾ ਕੀ ਕਹਿਣਾ? ਹਾਂਜੀ, ਕਾਨੂੰਨੀ ਮਹਾਰਾਜ ਦਾ ਵੱਖਰੀ ਵੱਖਰੀ ਰਾਏ ਆ ਵੀ ਉਹਨਾਂ ਦਾ ਇਹ ਤੇ ਕਹਿਣਾ ਹੈ। ਸਾਡੇ ਵਕੀਲ, ਅਸੀਂ ਚੰਡੀਗੜ੍ਹ ਗਏ ਸੀ ਪਰਸੋਂ, ਉਹਨਾਂ ਨੇ ਕਿਹਾ ਵੀ ਸਹੁੰ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ। ਬਾਕੀ ਪੰਜਾਬ ਸਰਕਾਰ ਦੇ ਵੱਸ ਵਿੱਚ ਹੈ ਕਿ NSA ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ, ਜਿਵੇਂ ਅਜਨਾਲਾ ਕੇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਥਾਣੇ ਤੇ ਹਮਲਾ ਕੀਤਾ, ਕੋਈ ਉਹੋ ਜਿਹਾ ਕੇਸ ਪਾ ਕੇ ਉਹਨੂੰ ਅੰਦਰ ਰੱਖ ਸਕਦੇ। ਜਦੋਂ ਕਿ NDA ਦੀ ਸਰਕਾਰ ਜਿਹੜੀ ਹੈਗੀ ਆ ਲੜਕੜਾ ਰਹੀ ਹੈਗੀ ਆ, ਭਾਈ ਅੰਮ੍ਰਿਤਪਾਲ ਜੀ, ਭਾਈ ਸਰਬਜੀਤ ਸਿੰਘ ਜੀ ਜਿਹੜੇ ਹੈਗੇ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ, ਉਹ ਕਿਹੜੇ ਪੱਖ ਦੇ ਵਿੱਚ ਜਾਣਗੇ? ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਦੇ ਨਾਲ ਲੈ ਕੇ ਚੱਲੇਗੀ ਕਿ ਨਹੀਂ ਲੈ ਕੇ ਚੱਲੇਗੀ? ਮੇਰੇ ਖਿਆਲ ਉਹਨਾਂ ਦੀ ਆਈਡੀਓਲੋਜੀ ਜਾਂ ਸਾਡੀ ਆਈਡੀਓਲੋਜੀ ਤਾਂ ਇਹੋ ਹੀ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ। ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਤੇ ਪੰਜਾਬ ਲਈ ਅਸੀਂ ਖੜਨਾ ਹੈ। ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ। ਮੇਰੀ ਸਲਾਹ ਹੈ ਉਹਨਾਂ ਨੂੰ, ਹਜੇ ਮੈਨੂੰ ਉਹ ਅੰਮ੍ਰਿਤਪਾਲ ਸਿੰਘ ਮਿਲੇ ਨਹੀਂ ਗੇ, ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ, ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ। ਦਿੱਲੀ ਨਾਲ ਤੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ, ਕੋਈ ਸਮਝੌਤਾ ਹੋਊਗਾ। ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ, ਨੋ, ਅਸੀਂ ਆਜ਼ਾਦ ਹੀ ਲੜੇ ਹਾਂ ਤੇ ਆਜ਼ਾਦ ਹੀ ਰਵਾਂਗੇ। 2027 ਦੇ ਇਲੈਕਸ਼ਨ ਆ ਰਹੇ, ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਆ, ਜਿਹੜਾ ਖਾਲੜਾ ਪਰਿਵਾਰ ਆ, ਖਾਲੜਾ ਪਰਿਵਾਰ ਵੱਲੋਂ ਇਸ ਜਿਹੜੀ ਹੈਗੀ ਆ ਪੰਥਕ ਲਹਿਰ ਨੂੰ ਜਾਰੀ ਰੱਖਦੇ ਹੋਏ ਅਗਾਹ ਕਿੰਨੀਆਂ ਕੁ ਸੀਟਾਂ ਜਿਹੜੀਆਂ ਹੈਗੀਆਂ ਤੇ ਪੰਥਕ ਵੀਰ ਭਰ ਜਾਣਗੇ ਜੀ? ਇਹ ਤਾਂ ਦੇਖੋ ਜੀ, ਗੁਰੂ ਮਹਾਰਾਜ ਦੇ ਵਾਸ ਹੈ, ਪਰ ਖਾਲੜਾ ਪਰਿਵਾਰ ਕੌਣ ਹੈ? ਖਾਲੜਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ, ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਨਾ ਉਹ ਹੋਊਗਾ। ਖਾਲੜਾ ਪਰਿਵਾਰ ਦਾ ਇਲੈਕਸ਼ਨ ਕੋਈ ਏਜੰਡਾ ਹੀ ਨਹੀਂ ਹੈ, ਉਹਨਾਂ ਦਾ ਕੰਮ ਹੈ ਲੜਨਾ। ਸਰਦਾਰ ਖਾਲੜਾ ਵੀ ਇੰਡੀਵਿਜੁਅਲ, ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੁਅਲ ਉਹਨਾਂ ਦੀ ਕੁਰਬਾਨੀ ਹੋ ਗਈ। ਉਹਨਾਂ ਦਾ ਮਤਲਬ ਇੱਕ ਕੋਰ ਕਮੇਟੀ ਸੀਗੀ ਉਹ, ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ, ਨਾ ਹੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਸੀਗੀ, ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ, ਨਾ ਹੀ ਕਦੇ ਰੈਲੀਆਂ ਕੀਤੀਆਂ ਸੀ। ਇੱਕ ਸਟੇਟ ਨੂੰ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ, ਉਹੋ ਜਿਹੀ ਇੰਡੀਵਿਜੁਅਲ ਮੇਰੀ ਟੀਮ ਹੈ ਨਾਲ, ਮੇਰੇ ਅਸੀਂ ਸਾਡੀ ਲੜਾਈ ਹੈ। ਅਸੀਂ ਕਦੇ ਨਹੀਂ ਸੋਚਦੇ ਕਿ ਵੀ ਅਸੀਂ ਇਲੈਕਸ਼ਨਾਂ 'ਚ ਕੋਈ ਲਾਹ ਖੱਟਣ ਦੇ ਲਈ ਇਲੈਕਸ਼ਨ ਲੜਨੀ ਹੈ। ਪਰਮਾਤਮਾ ਬਖਸ਼ਿਸ਼ ਕਰੇ ਤਾਂ ਅਸੀਂ ਜਿਹੜੇ ਪੰਥ ਪ੍ਰਸਤ ਹੈ ਉਹਨਾਂ ਦੇ ਨਾਲ ਖੜਨ ਦਿਆ। ਮਾਤਾ ਜੀ, ਜਿਸ ਤਰ੍ਹਾਂ ਜਿੱਤਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਕੋਈ ਵਿਚਾਰ ਵਟਾਂਦਰਾ ਹੋਇਆ, ਕੋਈ ਮੁਲਾਕਾਤ ਹੋਈ ਹੈ? ਨਹੀਂ ਜੀ, ਮੈਂ ਨਾ ਅੰਮ੍ਰਿਤਪਾਲ ਨੂੰ ਮਿਲੀ ਹਾਂ, ਨਾ ਹੀ ਉਹ ਅਲਾਓ ਹੀ ਨਹੀਂ ਆ ਕਿਸੇ ਨੂੰ। ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਆ ਨਾ, ਉਹ ਹੀ ਸਿਰਫ ਮਿਲ ਸਕਦੇ ਆ। ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਣ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣਗੇ ਉਹ ਇਸ਼ੂ ਕਰਨਗੇ। ਤੇ ਆਪਾਂ ਤਾਂ ਪਰਮਾਤਮਾ ਦਾ ਤੇ ਸੰਗਤ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ। ਅੱਜ ਬਹੁਤ ਮੈਨੂੰ ਲੱਗਦਾ ਮਾਣ ਵਾਲੀ ਗੱਲ ਹੈ ਕਿ ਇਸੇ ਪਿੰਡ ਤੋਂ ਹੀ ਅਸੀਂ ਸ਼ੁਰੂ ਕਰਨ ਲੱਗੇ।